ਕਣਕ ਦੀ ਇੱਕ ਬਹੁਤ ਚਰਚਿਤ ਕਿਸਮ ਜਿਹਨੂੰ ਆਪਾਂ DBW303 ਦੇ ਨਾਮ ਦੇ ਨਾਲ ਜਾਣਦੇ ਹਾਂ ਆਪਾਂ ਨੂੰ 5 ਕਿਲੋ ਬੀਜ ਮਿਲਿਆ ਸੀ ਇਸ ਦਾ ਤੇ ਉਸ ਬੀਜ ਦੇ ਨਾਲ ਇੱਕ ਕਨਾਲ ਦੇ ਵਿੱਚ ਇਹ ਬੀਜਿਆ ਸੀਗਾ ਅੱਜ ਲਗਭਗ 65 ਦਿਨ ਦੀ ਇਹ ਹੋ ਚੁੱਕੀ ਹੈ ਤਾਂ ਦੇਖਦੇ ਹਾਂ ਕਿ ਕਣਕ ਕਿਸ ਤਰੀਕੇ ਦੀ ਹੈ ਕੀ ਰਿਸਪੌਂਸ ਹੈ ਦਾ ਕੁਲਦੀਪ ਸਿੰਘ ਸ਼ੇਰਗਲ ਮਰਖਾਈ ਵੱਲੋਂ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਜੇਕਰ ਨਵੇਂ ਹੋ ਤਾਂ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਲਾਲ ਬਟਨ ਆਪਕੇ ਸਬਸਕ੍ਰਾਈਬ ਕਰ ਸਕਦੇ ਹੋ ਦੋਸਤੋ ਇਹ ਥੋੜੀ ਜੀ ਪੀਲੀ ਪੈ ਚੁੱਕੀ ਹੈ ਪੀਲੀ ਪੈਣ ਦਾ ਕਾਰਨ ਹੈਗਾ ਕਿ ਇਹਦੇ ਤੇ ਜੋ ਅੱਜ ਤੋਂ ਕੁਝ ਦਿਨ ਪਹਿਲਾਂ ਜਾਂ ਕਿਰੋ ਕਿ 15 ਕਿ ਦਿਨ ਪਹਿਲਾਂ ਸਪਰੇਅ ਕੀਤੀ ਸੀ ਨਦੀਨ ਆਸ਼ਿਕ ਤਾਂ ਉਹਦੇ ਇਹ ਥੋੜੇ ਜੇ ਇਫੈਕਟ ਹੈਗੇ ਆ ਸਭ ਤੋਂ ਪਹਿਲਾਂ ਦੇਖੀਏ ਕਿ ਇਹ ਲਗਭਗ 65 ਕੋ ਦਿਨ ਦੀ ਹੋ ਗਈ ਹੈ ਤੇ ਇਹਦਾ ਕੱਦ ਜੇਕਰ ਤੁਸੀਂ ਦੇਖੋਗੇ ਤਾਂ 1 2 ਗੱਟ ਤੋਂ ਜਿਹੜਾ ਹੈਗਾ ਉੱਪਰ ਜਾ ਰਿਹਾ ਹੈ। ਮੱਕੇ ਸਵਾ ਦੋ ਗੱਟ ਦੇ ਨੇੜੇ ਇਹਦਾ ਕੱਦ ਹੋ ਚੁੱਕਿਆ ਹੈ। ਤਣੇ ਬਹੁਤ ਸੋਹਣੇ ਹੈ ਜਿਵੇਂ ਤੁਸੀਂ ਇਹ ਦੇਖੋਗੇ। ਮੋਟਾ ਮੋਟਾ ਤਣਾ ਹੈ। ਪੱਤਾ ਆਮ ਕਣਕ ਦੇ ਨਾਲੋਂ ਥੋੜਾ ਚੌੜਾਈ ਦੇ ਵਿੱਚ ਹੈ। ਏ ਆਪਾਂ ਦੇਖਦੇ ਆ ਕਿ ਦੇਖੋ ਪੱਤਾ ਆਮ ਕਣਕ ਦੇ ਨਾਲੋਂ ਥੋੜਾ ਚੜਾਈ ਦੇ ਵਿੱਚ ਆ ਨਦੀਨ ਆਸ਼ਕ ਦਵਾਈ ਦਾ ਸਾਈਡ ਇਫੈਕਟ ਇਹ ਤੇ ਜ਼ਰੂਰ ਦਿਖ ਰਿਹਾ ਹੈ ਕਿਉਂਕਿ ਨਦੀਨ ਤੁਹਾਨੂੰ ਪਤਾ ਕਿ ਵੱਡੀ ਸਮੱਸਿਆ ਹੈ ਤਾਂ ਉਹ ਤਾਂ ਆਪਾਂ ਨੂੰ ਕੰਟਰੋਲ ਕਰਨੀ ਹੀ ਪੈਣੀ ਹੈ ਫਟਾਰਾ ਚੰਗਾ ਹੈਗਾ 1 2 3 4 5 6 ਕੋ ਸ਼ਾਖਾ ਐ ਸਮੇਂ ਦੀਆਂ ਹੈਗੀਆਂ 6 6 7 7 ਕੁਝ ਸ਼ਾਖਾ ਹੋਰ ਵੀ ਆ ਰਹੀਆਂ ਇਹ ਵੀ ਜਿਹੜਾ ਨਾਲ ਰਲ ਜਾਣਗੀਆਂ ਮੇਰੇ ਖਿਆਲ ਦੇ ਵਿੱਚ ਤਾਂ ਠੀਕ ਹੈ ਕਣਕ ਕੋਲ ਮਲਾ ਕੇ ਜੇਕਰ ਇਹਨੂੰ ਆਪਾਂ ਦੇਖੀਏ ਤਾਂ ਚੰਗੀ ਕਣਕ ਹੈ ਕਿਉਂਕਿ ਇਹ ਕਣਕ ਆਪਣੀ ڪرੰਡ ਵੀ ਹੋ ਗਈ ਸੀ ਨਾ ਜਦੋਂ ਆਪਾਂ ਬੀਜੀ ਸੀ ਪਰੰਤੂ ਜੋ ਇਹਦੇ ਵਿੱਚ ਕਿਉਂਕਿ ਪਰਾਲੀ ਇਹ ਦੇਖੋਗੇ ਥੱਲੇ ਪਰਾਲੀ ਸੀਗੀ ਨਾ ਵਾਹ ਕੇ ਤਾਂ ਪਰਾਲੀ ਵਿੱਚ ਨੱਪੀ ਕਰਕੇ ڪرੰਡ ਨੇ ਜ਼ਿਆਦਾ ਅਸਰ ਇਹਦੇ ਤੇ ਨਹੀਂ ਕੀਤਾ ਬਾਕੀ ਕਣਕ ਜਿਹੜੀ ਸ਼ੁਰੂਆਤੀ ਦੇਖ ਹੈ ਉਹ ਚੰਗੀ ਹੈ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਹੈਗੀ ਕਿ ਬਾਕੀ ਆਪੇ ਆਪਣੇ ਖੇਤ ਦਾ ਹਿਸਾਬ ਹੁੰਦਾ ਕਿ ਮੇਰੇ ਖੇਤ ਦੇ ਵਿੱਚ ਮੈਨੂੰ ਇਹਦੀ ਦਿੱਖ ਠੀਕ ਲੱਗ ਰਹੀ ਹੈ ਤੇ ਪੱਤਾ ਵੀ ਚੌੜਾ ਹੈਗਾ ਤਣਾ ਵੀ ਮਜ਼ਬੂਤ ਹੈ ਤੇ ਫਟਾਰ ਮੇਰੇ ਖੇਤ ਦੇ ਹਿਸਾਬ ਦੇ ਨਾਲ ਠੀਕ ਹੈ ਤਾਂ ਵੈਸੇ ਹੁਣ ਅੱਗੇ ਦੇਖਾਂਗੇ ਕਿ ਇਹਦੇ ਵਿੱਚ ਕੀ ਹੁੰਦਾ ਹੁਣ ਤੱਕ ਇਹਨੂੰ 3 ਬੋਰੀਆਂ ਯੂਰੀਆ ਪੈ ਚੁੱਕੀਆਂ ਬਾਕੀ ਖੇਤਾਂ ਦੇ ਵਾਂਗੀ ਨੀਚੇ ਥੱਲੇ ਮੈਗਨੀਸ਼ੀਅਮ ਪਾਇਆ ਸੀਗਾ ਸੁਪਰ ਪਾਈ ਸੀ ਇੱਕ 1.50 ਕਿਲੋ ਡੀਏਪੀ ਜਿਹੜੀ ਨਾਲ ਕੇਰੀ ਹੈ ਨਦੀਨ ਆਸ਼ਕ ਸਪਰੇਅ ਕਰਨ ਤੋਂ ਪਹਿਲਾਂ ਮੈਗਨੀਜ਼ ਮੈਗਨੀਸ਼ੀਅਮ ਦਾ ਸਪਰੇਅ ਹੋ ਗਿਆ ਸੀਗਾ ਇੱਕ ਸਪਰੇਅ ਜਿਹੜਾ ਹੈਗਾ ਨਦੀਨ ਆਸ਼ਕੀ ਸਪਰੇਅ ਤੋਂ ਬਾਅਦ ਦੇ ਵਿੱਚ ਕਰ ਦਿੱਤਾ ਸੀਗਾ ਫਸਲ ਸੋਹਣੀ ਹੈ ਠੀਕ ਹੈ ਤੇ ਬਾਕੀ ਜਿਵੇਂ ਜਿਵੇਂ ਇਹ ਅੱਗੇ ਜਾਏਗੀ ਤਾਂ ਆਪਾਂ ਇਹਦੇ ਬਾਰੇ ਟਾਈਮ ਟੂ ਟਾਈਮ ਗੱਲ ਕਰਦੇ ਰਾਵਾਂਗੇ ਤੇ ਆਖਰ ਤੇ ਇਹ ਵੀ ਦੇਖਾਂਗੇ ਕਿ ਇਹਦਾ ਝਾੜ ਕਿੰਨਾ ਕੁ ਨਿਕਲਦਾ ਹੈਗਾ ਕਿਉਂਕਿ ਮੈਂ ਆਮ ਲੋਕਾਂ ਦੀ ਤਰ੍ਹਾਂ ਉਹ ਨਹੀਂ ਕੀਤਾ ਕਿ 2.5 ਕਿਲੋ ਵੀ ਪਾ ਕੇ ਕਿੱਲੇ ਚ ਬੀਜਿਆ ਹੋਵੇ ਕਿਉਂਕਿ ਅਸੀਂ ਐਕਚੁਅਲ ਝਾੜ ਕੈਲਕੂਲੇਟ ਕਰਨਾ ਕਿ ਕਿੱਲੇ ਦਾ ਕਿੰਨਾ ਨਿਕਲਦਾ ਇਸ ਕਰਕੇ 5 ਕਿਲੋ ਦੇ ਨਾਲ ਇੱਕ ਕਨਾਲ ਹੀ ਲਗਾਈ ਗਈ ਸੀ ਤੇ ਜੋ ਇਹਦਾ ਰਿਜ਼ਲਟ ਆਏਗਾ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗਾ